ਨਹੀਂ ਕੀ ਗੱਲਬਾਤ ਹੋਈ ਜਿਵੇਂ ਕਿ ਤੁਹਾਨੂੰ ਗਰਦਨ ਦੇ ਵਿੱਚ ਖਰੋਚ ਜੀ ਪਈ ਹੈ? ਹਾਂਜੀ, ਕੱਲ੍ਹ ਨਾ ਮੈਂ ਸਿਟੀ ਨੂੰ ਜਾ ਰਹੀ ਸੀਗੀ ਸਕੂਟਰੀ 'ਤੇ, ਅਤੇ ਰਾਮਾ ਮੰਡੀ ਪੁੱਲ ਦੇ ਉੱਤੇ ਮੈਂ ਜਦੋਂ ਚੜ੍ਹੀ ਹਾਂ, ਜਦੋਂ ਮਿਡਲ ਜੇ 'ਚ ਪਹੁੰਚੀ ਹਾਂ ਅਤੇ ਅਚਾਨਕ ਹੀ ਮੇਰੇ ਗਲੇ 'ਚ ਆ ਕੇ ਡੋਰ ਫਸ ਗਈ ਹੈ, ਅਤੇ ਜਿਹਦੇ ਨਾਲ ਮੇਰੇ ਇੱਕਦਮ ਹੀ ਮੈਨੂੰ ਫੀਲ ਹੋਇਆ ਕਿ ਮੇਰੇ ਗਲ 'ਚ ਕੁਛ ਫਸਿਆ, ਅਤੇ ਮੈਂ ਇੱਦਾਂ ਹੱਥ ਦੇ ਨਾਲ ਉਹਨੂੰ ਖਿੱਚ ਦਿੱਤਾ, ਜਿਹਦੇ ਨਾਲ ਮੇਰਾ ਹੱਥ ਵੀ ਕੱਟਿਆ ਗਿਆ, ਦੇਖ ਲਓ। ਤੋ ਪ੍ਰਸ਼ਾਸਨ ਤੋਂ ਕੀ ਮੰਗਾਂ ਨੇ? ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਤੁਸੀਂ ਪਲੀਜ਼ ਬੈਨ ਕਰ ਦਿਓ। ਰਾਮਾ ਮੰਡੀ ਸਾਈਡ ਬਹੁਤ ਇੱਦਾਂ ਦੇ ਇੰਸੀਡੈਂਟ ਹੋ ਰਹੇ ਆ। ਕੱਲ੍ਹ ਮੈਨੂੰ ਹੋਰ ਵੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਹਾਂਜੀ ਉੱਥੇ ਵੀ ਇੱਦਾਂ ਹੋਈ ਸੀਗੀ, ਤਾਂ ਸੋ ਪਲੀਜ਼ ਤੁਹਾਨੂੰ ਇਹੀ ਸਾਡੀ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਪਲੀਜ਼ ਬੰਦ ਕੀਤਾ ਜਾਵੇ। ਇੱਦਾਂ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ ਆ, ਇਹ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ। ਨਹੀਂ ਕੀ ਗੱਲਬਾਤ ਹੋਈ ਜਿਵੇਂ ਕਿ ਤੁਹਾਨੂੰ ਗਰਦਨ ਦੇ ਵਿੱਚ ਖਰੋਚ ਜੀ ਪਈ ਹੈ? ਹਾਂਜੀ, ਕੱਲ੍ਹ ਨਾ ਮੈਂ ਸਿਟੀ ਨੂੰ ਜਾ ਰਹੀ ਸੀਗੀ ਸਕੂਟਰੀ 'ਤੇ, ਅਤੇ ਰਾਮਾ ਮੰਡੀ ਪੁੱਲ ਦੇ ਉੱਤੇ ਮੈਂ ਜਦੋਂ ਚੜ੍ਹੀ ਹਾਂ, ਜਦੋਂ ਮਿਡਲ ਜੇ 'ਚ ਪਹੁੰਚੀ ਹਾਂ ਅਤੇ ਅਚਾਨਕ ਹੀ ਮੇਰੇ ਗਲੇ 'ਚ ਆ ਕੇ ਡੋਰ ਫਸ ਗਈ ਹੈ, ਅਤੇ ਜਿਹਦੇ ਨਾਲ ਮੇਰੇ ਇੱਕਦਮ ਹੀ ਮੈਨੂੰ ਫੀਲ ਹੋਇਆ ਕਿ ਮੇਰੇ ਗਲ 'ਚ ਕੁਛ ਫਸਿਆ, ਅਤੇ ਮੈਂ ਇੱਦਾਂ ਹੱਥ ਦੇ ਨਾਲ ਉਹਨੂੰ ਖਿੱਚ ਦਿੱਤਾ, ਜਿਹਦੇ ਨਾਲ ਮੇਰਾ ਹੱਥ ਵੀ ਕੱਟਿਆ ਗਿਆ, ਦੇਖ ਲਓ। ਤੋ ਪ੍ਰਸ਼ਾਸਨ ਤੋਂ ਕੀ ਮੰਗਾਂ ਨੇ? ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਤੁਸੀਂ ਪਲੀਜ਼ ਬੈਨ ਕਰ ਦਿਓ। ਰਾਮਾ ਮੰਡੀ ਸਾਈਡ ਬਹੁਤ ਇੱਦਾਂ ਦੇ ਇੰਸੀਡੈਂਟ ਹੋ ਰਹੇ ਆ। ਕੱਲ੍ਹ ਮੈਨੂੰ ਹੋਰ ਵੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਹਾਂਜੀ ਉੱਥੇ ਵੀ ਇੱਦਾਂ ਹੋਈ ਸੀਗੀ, ਤਾਂ ਸੋ ਪਲੀਜ਼ ਤੁਹਾਨੂੰ ਇਹੀ ਸਾਡੀ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਪਲੀਜ਼ ਬੰਦ ਕੀਤਾ ਜਾਵੇ। ਇੱਦਾਂ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ ਆ, ਇਹ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ। ਨਹੀਂ ਕੀ ਗੱਲਬਾਤ ਹੋਈ ਜਿਵੇਂ ਕਿ ਤੁਹਾਨੂੰ ਗਰਦਨ ਦੇ ਵਿੱਚ ਖਰੋਚ ਜੀ ਪਈ ਹੈ? ਹਾਂਜੀ, ਕੱਲ੍ਹ ਨਾ ਮੈਂ ਸਿਟੀ ਨੂੰ ਜਾ ਰਹੀ ਸੀਗੀ ਸਕੂਟਰੀ 'ਤੇ, ਅਤੇ ਰਾਮਾ ਮੰਡੀ ਪੁੱਲ ਦੇ ਉੱਤੇ ਮੈਂ ਜਦੋਂ ਚੜ੍ਹੀ ਹਾਂ, ਜਦੋਂ ਮਿਡਲ ਜੇ 'ਚ ਪਹੁੰਚੀ ਹਾਂ ਅਤੇ ਅਚਾਨਕ ਹੀ ਮੇਰੇ ਗਲੇ 'ਚ ਆ ਕੇ ਡੋਰ ਫਸ ਗਈ ਹੈ, ਅਤੇ ਜਿਹਦੇ ਨਾਲ ਮੇਰੇ ਇੱਕਦਮ ਹੀ ਮੈਨੂੰ ਫੀਲ ਹੋਇਆ ਕਿ ਮੇਰੇ ਗਲ 'ਚ ਕੁਛ ਫਸਿਆ, ਅਤੇ ਮੈਂ ਇੱਦਾਂ ਹੱਥ ਦੇ ਨਾਲ ਉਹਨੂੰ ਖਿੱਚ ਦਿੱਤਾ, ਜਿਹਦੇ ਨਾਲ ਮੇਰਾ ਹੱਥ ਵੀ ਕੱਟਿਆ ਗਿਆ, ਦੇਖ ਲਓ। ਤੋ ਪ੍ਰਸ਼ਾਸਨ ਤੋਂ ਕੀ ਮੰਗਾਂ ਨੇ? ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਤੁਸੀਂ ਪਲੀਜ਼ ਬੈਨ ਕਰ ਦਿਓ। ਰਾਮਾ ਮੰਡੀ ਸਾਈਡ ਬਹੁਤ ਇੱਦਾਂ ਦੇ ਇੰਸੀਡੈਂਟ ਹੋ ਰਹੇ ਆ। ਕੱਲ੍ਹ ਮੈਨੂੰ ਹੋਰ ਵੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਹਾਂਜੀ ਉੱਥੇ ਵੀ ਇੱਦਾਂ ਹੋਈ ਸੀਗੀ, ਤਾਂ ਸੋ ਪਲੀਜ਼ ਤੁਹਾਨੂੰ ਇਹੀ ਸਾਡੀ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਪਲੀਜ਼ ਬੰਦ ਕੀਤਾ ਜਾਵੇ। ਇੱਦਾਂ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ ਆ, ਇਹ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ। ਨਹੀਂ ਕੀ ਗੱਲਬਾਤ ਹੋਈ ਜਿਵੇਂ ਕਿ ਤੁਹਾਨੂੰ ਗਰਦਨ ਦੇ ਵਿੱਚ ਖਰੋਚ ਜੀ ਪਈ ਹੈ? ਹਾਂਜੀ, ਕੱਲ੍ਹ ਨਾ ਮੈਂ ਸਿਟੀ ਨੂੰ ਜਾ ਰਹੀ ਸੀਗੀ ਸਕੂਟਰੀ 'ਤੇ, ਅਤੇ ਰਾਮਾ ਮੰਡੀ ਪੁੱਲ ਦੇ ਉੱਤੇ ਮੈਂ ਜਦੋਂ ਚੜ੍ਹੀ ਹਾਂ, ਜਦੋਂ ਮਿਡਲ ਜੇ 'ਚ ਪਹੁੰਚੀ ਹਾਂ ਅਤੇ ਅਚਾਨਕ ਹੀ ਮੇਰੇ ਗਲੇ 'ਚ ਆ ਕੇ ਡੋਰ ਫਸ ਗਈ ਹੈ, ਅਤੇ ਜਿਹਦੇ ਨਾਲ ਮੇਰੇ ਇੱਕਦਮ ਹੀ ਮੈਨੂੰ ਫੀਲ ਹੋਇਆ ਕਿ ਮੇਰੇ ਗਲ 'ਚ ਕੁਛ ਫਸਿਆ, ਅਤੇ ਮੈਂ ਇੱਦਾਂ ਹੱਥ ਦੇ ਨਾਲ ਉਹਨੂੰ ਖਿੱਚ ਦਿੱਤਾ, ਜਿਹਦੇ ਨਾਲ ਮੇਰਾ ਹੱਥ ਵੀ ਕੱਟਿਆ ਗਿਆ, ਦੇਖ ਲਓ। ਤੋ ਪ੍ਰਸ਼ਾਸਨ ਤੋਂ ਕੀ ਮੰਗਾਂ ਨੇ? ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਤੁਸੀਂ ਪਲੀਜ਼ ਬੈਨ ਕਰ ਦਿਓ। ਰਾਮਾ ਮੰਡੀ ਸਾਈਡ ਬਹੁਤ ਇੱਦਾਂ ਦੇ ਇੰਸੀਡੈਂਟ ਹੋ ਰਹੇ ਆ। ਕੱਲ੍ਹ ਮੈਨੂੰ ਹੋਰ ਵੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਹਾਂਜੀ ਉੱਥੇ ਵੀ ਇੱਦਾਂ ਹੋਈ ਸੀਗੀ, ਤਾਂ ਸੋ ਪਲੀਜ਼ ਤੁਹਾਨੂੰ ਇਹੀ ਸਾਡੀ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਪਲੀਜ਼ ਬੰਦ ਕੀਤਾ ਜਾਵੇ। ਇੱਦਾਂ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ ਆ, ਇਹ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ। ਨਹੀਂ ਕੀ ਗੱਲਬਾਤ ਹੋਈ ਜਿਵੇਂ ਕਿ ਤੁਹਾਨੂੰ ਗਰਦਨ ਦੇ ਵਿੱਚ ਖਰੋਚ ਜੀ ਪਈ ਹੈ? ਹਾਂਜੀ, ਕੱਲ੍ਹ ਨਾ ਮੈਂ ਸਿਟੀ ਨੂੰ ਜਾ ਰਹੀ ਸੀਗੀ ਸਕੂਟਰੀ 'ਤੇ, ਅਤੇ ਰਾਮਾ ਮੰਡੀ ਪੁੱਲ ਦੇ ਉੱਤੇ ਮੈਂ ਜਦੋਂ ਚੜ੍ਹੀ ਹਾਂ, ਜਦੋਂ ਮਿਡਲ ਜੇ 'ਚ ਪਹੁੰਚੀ ਹਾਂ ਅਤੇ ਅਚਾਨਕ ਹੀ ਮੇਰੇ ਗਲੇ 'ਚ ਆ ਕੇ ਡੋਰ ਫਸ ਗਈ ਹੈ, ਅਤੇ ਜਿਹਦੇ ਨਾਲ ਮੇਰੇ ਇੱਕਦਮ ਹੀ ਮੈਨੂੰ ਫੀਲ ਹੋਇਆ ਕਿ ਮੇਰੇ ਗਲ 'ਚ ਕੁਛ ਫਸਿਆ, ਅਤੇ ਮੈਂ ਇੱਦਾਂ ਹੱਥ ਦੇ ਨਾਲ ਉਹਨੂੰ ਖਿੱਚ ਦਿੱਤਾ, ਜਿਹਦੇ ਨਾਲ ਮੇਰਾ ਹੱਥ ਵੀ ਕੱਟਿਆ ਗਿਆ, ਦੇਖ ਲਓ।
ਤੋਂ ਪ੍ਰਸ਼ਾਸਨ ਤੋਂ ਕੀ ਮੰਗਾਂ ਨੇ ਜਾਂਦਾ? ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਤੁਸੀਂ ਪਲੀਸ ਬੈਨ ਕਰ ਦਿਓ। ਰਾਮਾ ਮੰਡੀ ਸਾਈਡ ਬਹੁਤ ਇੱਦਾਂ ਦੇ ਇੰਸੀਡੈਂਟ ਹੋ ਰਹੇ ਆ। ਕੱਲ੍ਹ ਮੈਨੂੰ ਹੋਰ ਵੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਹਾਂਜੀ ਉੱਥੇ ਵੀ ਇੱਦਾਂ ਹੋਈ ਸੀਗੀ। ਤਾਂ ਸੋ ਪਲੀਜ਼ ਤੁਹਾਨੂੰ ਇਹੀ ਸਾਡੀ ਇਹੀ ਮੰਗ ਆ ਕਿ ਇਹ ਚਾਈਨਾ ਡੋਰ ਨੂੰ ਪਲੀਜ਼ ਬੰਦ ਕੀਤਾ ਜਾਵੇ। ਇੱਦਾਂ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ ਆ, ਇਹ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ।